ਦੱਸ ਦੇ ਕਿ ਕਾਲਜ ਦੇ ਵਿੱਚ ਪੇਪਰ ਦੇਣ ਜਾ ਰਹੀ ਇੱਕ ਲੜਕੀ ਦੀ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇਹ ਲੜਕੀ ਦੂਸਰੀ ਲੜਕੀਆਂ ਦੇ ਨਾਲ ਆਟੋ ਦੇ ਵਿੱਚ ਸਵਾਰ ਹੋ ਕੇ ਜਾ ਰਹੀ ਸੀ। ਤਾਂ ਇੱਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਨੇ ਇੰਨੀ ਭਿਆਨਕ ਟੱਕਰ ਮਾਰੀ ਜਿਸ ਦੇ ਵਿੱਚ ਇਸ 21 ਸਾਲਾ ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਾਂ ਟੱਕਰ ਤੋਂ ਬਾਅਦ ਆਟੋ ਦਾ ਇੱਕ ਹਿੱਸਾ ਪੂਰੀ ਤਰੀਕੇ ਦੇ ਨਾਲ ਖਤਮ ਹੋ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿੰਨਾ ਭਿਆਨਕ ਇਹ ਹਾਦਸਾ ਸੀ। ਤਾਂ ਹਾਦਸੇ ਤੋਂ ਬਾਅਦ ਮੌਕੇ 'ਤੇ ਪੁਲਿਸ ਵੀ ਪਹੁੰਚਦੀ ਹੈ। ਤਾਂ ਪੁਲਿਸ ਦੇ ਵੱਲੋਂ ਪਹਿਲਾਂ ਤਾਂ ਬਾਕੀ ਜਿਹੜੀਆਂ ਜ਼ਖਮੀ ਕੁੜੀਆਂ ਹੁੰਦੀਆਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ, ਜਦਕਿ ਸਕਾਰਪੀਓ ਚਾਲਕ ਨੂੰ ਵੀ ਉਹਨਾਂ ਦੇ ਵੱਲੋਂ ਕਾਬੂ ਕਰ ਲਿਆ ਗਿਆ। ਤਾਂ ਦੱਸਦੇ ਕਿ ਇਸ ਟੱਕਰ ਤੋਂ ਬਾਅਦ ਸਕਾਰਪੀਓ ਦੇ ਵੀ ਪਰਖੱਚੇ ਉੱਡ ਗਏ ਨੇ, ਚੱਕਣਾ ਚੂਰ ਹੋ ਗਈ ਹੈ। ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਚੰਡੀਗੜ੍ਹ ਦੇ ਸੈਕਟਰ 5 ਅਤੇ 8 ਦੇ ਡਿਵਾਈਡਿੰਗ ਰੋਡ 'ਤੇ ਵਾਪਰਿਆ ਸੀ, ਜਿੱਥੇ ਸਵੇਰੇ ਸਵੇਰੇ ਲੜਕੀ ਦੂਸਰੀਆਂ ਲੜਕੀਆਂ ਦੇ ਨਾਲ ਆਟੋ ਦੇ ਵਿੱਚ ਬੈਠ ਕੇ ਕਾਲਜ ਦੇ ਵਿੱਚ ਪੇਪਰ ਦੇਣ ਜਾ ਰਹੀ ਸੀ। ਤਾਂ ਸਾਹਮਣੇ ਤੋਂ ਇੱਕ ਸਕਾਰਪੀਓ ਕਾਰ ਆਉਂਦੀ ਹੈ ਜੋ ਕਿ ਤੇਜ਼ ਰਫ਼ਤਾਰ ਹੁੰਦੀ ਹੈ, ਤਾਂ ਇਸ ਆਟੋ ਨੂੰ ਭਿਆਨਕ ਟੱਕਰ ਮਾਰਦੀ ਹੈ, ਜਿਸ ਕਾਰਨ 21 ਸਾਲਾ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੇਰੀ ਜਾਣਕਾਰੀ ਅਨੁਸਾਰ ਇਹ ਲੜਕੀ ਨਯਾ ਗਾਓਂ ਦੇ ਵਿੱਚ ਪੀਜੀ ਦੇ ਵਿੱਚ ਰਹਿੰਦੀ ਸੀ ਅਤੇ ਇੱਕ ਕਾਲਜ ਦੇ ਵਿੱਚ ਪੜ੍ਹਾਈ ਕਰਦੀ ਸੀ। ਤਾਂ ਅੱਜ ਇਹ ਆਪਣੇ ਪੀਜੀ ਤੋਂ ਪੇਪਰ ਦੇਣ ਦੇ ਲਈ ਨਿਕਲਦੀ ਹੈ, ਪਰ ਰਸਤੇ ਦੇ ਵਿੱਚ ਇੱਕ ਭਿਆਨਕ ਹਾਦਸੇ ਦੇ ਵਿੱਚ ਇਸ ਦੀ ਮੌਤ ਹੋ ਗਈ। ਤਾਂ ਹਾਦਸੇ ਤੋਂ ਬਾਅਦ ਮੌਕੇ 'ਤੇ ਪੁਲਿਸ ਵੀ ਪਹੁੰਚਦੀ ਹੈ। ਤਾਂ ਪੁਲਿਸ ਦੇ ਵੱਲੋਂ ਪਹਿਲਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ, ਜਿਸ ਤੋਂ ਬਾਅਦ ਸਕਾਰਪੀਓ ਚਾਲਕ ਨੂੰ ਵੀ ਮੌਕੇ ਤੋਂ ਕਾਬੂ ਕਰ ਲਿਆ ਜਾਂਦਾ। ਸਰ, ਜੇ ਐਕਸੀਡੈਂਟ ਹੋਇਆ ਸਵੇਰੇ, ਇਹ ਕਿਸ ਚੀਜ਼ ਨਾਲ ਹੋਇਆ? ਆਟੋ ਨਾਲ ਜਿਹੜਾ ਹੋਇਆ, 9 ਵਜੇ ਇਨਫੋਰਮੇਸ਼ਨ ਆਈ ਹੈ। ਹਾਂਜੀ ਹਾਂਜੀ, ਪਤਾ ਲੱਗਿਆ ਕਿ ਇੱਕ ਸਕਾਰਪੀਓ ਅਤੇ ਜਿਹੜਾ ਆਟੋ 'ਤੇ ਐਕਸੀਡੈਂਟ ਹੋਇਆ, ਦੋਨਾਂ ਦਾ ਕੰਡੀਸ਼ਨ ਆਪਣੇ ਸਾਹਮਣੇ ਹੋਇਆ। ਅੱਛਾ ਜੀ, ਜਿਹੜੀ ਹੈ ਇਨਕੁਆਇਰੀ 'ਚ ਪਤਾ ਲੱਗਿਆ ਵੀ ਓਵਰਟੇਕ ਕਰ ਰਿਹਾ ਸੀਗਾ ਜਿਹੜਾ ਸਕਾਰਪੀਓ ਵਾਲਾ। ਓਕੇ, ਆਪਣੇ ਸਾਹਮਣੇ ਟੱਕਰ ਹੋ ਗਈ ਹੈ। 6 ਬੰਦੇ ਸੀ ਆਟੋ 'ਚ, 4 ਕੁੜੀਆਂ ਸੀ, ਇੱਕ ਲੇਡੀ ਸੀ, ਡਰਾਈਵਰ ਸੀਗਾ, ਅਤੇ ਸਾਰੇ ਹਸਪੀਟਲ ਪਹੁੰਚਾ ਦਿੱਤੇ ਹੈ। ਅਤੇ ਕੋਈ ਡੈਡ ਤਾਂ ਨਹੀਂ ਹੋਇਆ? ਕੋਈ ਅਜੇ ਪਤਾ ਲੱਗਿਆ ਵੀ ਇੱਕ ਨੋਟ ਡੈਡ ਹੈ, ਬਾਕੀ ਜਾ ਕੇ ਚੈੱਕ ਕਰ। ਓਕੇ ਓਕੇ, ਸਕਾਰਪੀਓ ਅਲੱਗ ਚਲਾ ਭੱਜ ਗਿਆ ਜੀ? ਨਹੀਂ ਨਹੀਂ ਜੀ, ਉਹ ਸਾਡੇ ਕਬਜ਼ੇ ਦਾ, ਅਸੀਂ ਚਲੋ ਐਪ੍ਰੀਹੈਂਡ ਕਰ ਲੈਂਦੇ ਹਾਂ। ਚੰਡੀਗੜ੍ਹ ਦੇ ਸੈਕਟਰ 5-8 ਡਿਵਾਈਡਿੰਗ ਰੋਡ 'ਤੇ ਇੱਕ ਦਰਦਨਾਕ ਹਾਦਸਾ ਹੋਇਆ ਜਿਹਦੇ ਵਿੱਚ ਆਟੋ ਅਤੇ ਸਕਾਰਪੀਓ ਦੀ ਆਹਮਣੇ ਸਾਹਮਣੇ ਦੀ ਟੱਕਰ ਹੋਈ ਹੈ। ਇਹਦੇ ਵਿੱਚ ਇੱਕ ਸਟੂਡੈਂਟ ਅੰਜਲੀ 21 ਸਾਲਾਂ ਦੀ ਮੌਕੇ 'ਤੇ ਹੀ ਮੌਤ ਦੱਸੀ ਜਾ ਰਹੀ ਹੈ, ਜਦਕਿ ਉਹਦੀ ਜਿਹੜੀ ਸਾਥੀ ਹੈ ਸਟੂਡੈਂਟਸ, ਕਿਉਂਕਿ ਉਸ ਵੇਲੇ ਆਟੋ ਦੇ ਵਿੱਚ 6 ਲੋਕ ਸਵਾਰ ਸੀ, 4 ਦੀ ਹਾਲਤ ਕਾਫੀ ਸੀਰੀਅਸ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਪਹਿਲਾਂ 16 ਹਸਪੀਟਲ ਭਰਤੀ ਕਰਾਇਆ ਗਿਆ ਸੀਗਾ, ਉਸ ਤੋਂ ਬਾਅਦ ਉਹਨਾਂ ਨੂੰ PGI ਰੈਫਰ ਕਰ ਦਿੱਤਾ ਗਿਆ। ਹਾਲਾਂਕਿ ਸਕਾਰਪੀਓ ਚਾਲਕ ਨੂੰ ਕਾਬੂ ਕਰ ਲਿਆ ਗਿਆ, ਪੁਲਿਸ ਮੌਕੇ 'ਤੇ ਪਹੁੰਚ ਕੇ ਸਾਰਿਆਂ ਨੂੰ ਪਹਿਲਾਂ ਹਸਪੀਟਲ ਪਹੁੰਚਾਇਆ ਗਿਆ ਔਰ ਹੁਣ ਉਸ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ, ਮਾਮਲਾ ਦਰਜ ਕੀਤਾ ਜਾ ਰਿਹਾ। ਲੇਕਿਨ ਕਾਫੀ ਕ੍ਰਿਟੀਕਲ ਕੰਡੀਸ਼ਨ ਦੱਸੀ ਜਾ ਰਹੀ ਹੈ ਜਿਹੜੀ ਦੂਜੇ ਸਟੂਡੈਂਟਸ ਨੇ। ਦੱਸਿਆ ਜਾ ਰਿਹਾ ਕਿ ਅੱਜ ਜਿਹੜੀ ਕਾਲਜ ਦੀ ਸਟੂਡੈਂਟ ਹੈ 26 ਖਾਲਸਾ ਦੀ, ਉਹਨਾਂ ਦਾ ਅੱਜ ਇਗਜ਼ਾਮ ਸੀ ਔਰ ਇਗਜ਼ਾਮ ਦੇਣ ਵਾਸਤੇ ਉਹ ਘਰ ਤੋਂ ਨਿਕਲੀ ਸੀ ਨਯਾ ਗਾਓਂ, ਉੱਥੇ ਦੇ ਜਿਹੜੀ ਦੱਸੀ ਜਾ ਰਹੀ ਹੈ ਰੈਂਟ 'ਤੇ ਰਹਿੰਦੇ ਨੇ, PG ਰਹਿੰਦੀ ਹੈ ਕੁੜੀਆਂ, ਉਹ ਨਿਕਲੀ ਸੀ ਔਰ 5-8 ਡਿਵਾਈਡਿੰਗ ਰੋਡ 'ਤੇ ਇਹ ਵੱਡਾ ਹਾਦਸਾ ਹੋਇਆ। ਹਾਲਾਂਕਿ ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਇਹ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਕਾਫੀ ਤੇਜ਼ ਰਫ਼ਤਾਰ ਦੱਸੀ ਜਾ ਰਹੀ ਹੈ ਸਕਾਰਪੀਓ ਦੀ। ਵਾਈਟ ਕਲਰ ਦੀ ਸਕਾਰਪੀਓ ਸੀ ਜਿਹਦੀ ਆਟੋ ਦੇ ਨਾਲ ਬਿਲਕੁਲ ਆਹਮਣੇ ਸਾਹਮਣੇ ਟੱਕਰ ਹੋਈ ਹੈ। ਦੱਸਿਆ ਜਾ ਰਿਹਾ ਕਿ ਆਟੋ ਚਾਲਕ ਵੀ ਕਾਫੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈ, ਜਿਹਦੇ PGI ਹਸਪੀਟਲ ਐਡਮਿਟ ਕਰਾਇਆ ਗਿਆ। ਚੰਡੀਗੜ੍ਹ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।